ਇਸ ਸਮੇਂ ਅਸੀਂ ਚੰਡੀਗੜ੍ਹ ਦੇ ਵਿੱਚ ਖੜੇ ਹਾਂ ਜਿੱਥੇ ਕਿ ਅਯੋਧਿਆ ਦੀ ਤਰਜ਼ ਦੇ ਉੱਤੇ ਇੱਕ ਜਿਹੜਾ ਰਾਮ ਮੰਦਿਰ ਹੈ ਉਹ ਬਣਾਇਆ ਗਿਆ। ਪੂਰਾ ਹੂਬਹੂ ਉਸ ਦਾ ਇੱਕ ਮਾਡਲ ਤਿਆਰ ਕੀਤਾ ਗਿਆ ਹੈ ਤਾਂ ਜੋ ਜਿਹੜੇ ਇੱਥੇ ਦੇ ਲੋਕ ਨੇ, ਇੱਥੇ ਦੇ ਜਿਹੜੇ ਭਗਤ ਨੇ, ਉਹ ਦਰਸ਼ਨ ਕਰ ਸਕਣ, ਦੇਖ ਸਕਣ। ਦੇਖ ਸਕਦੇ ਹੋ ਕਿ ਕਿੰਨੀ ਖੂਬਸੂਰਤ ਜਿਹੜੀ ਹੈ ਇੱਕ ਪ੍ਰਤਿਮਾ ਤਿਆਰ ਕੀਤੀ ਗਈ ਹੈ, ਇੱਕ ਬਿਲਡਿੰਗ ਤਿਆਰ ਕੀਤੀ ਗਈ ਹੈ ਇਸ ਰਾਮ ਮੰਦਿਰ ਦੀ। ਉਦਾਂ ਹੀ ਪੂਰਾ ਸਟਰਕਚਰ ਤਿਆਰ ਕੀਤਾ ਗਿਆ, ਫਲੈਕਸਾਂ ਨਾਲ ਚਾਹੇ ਇਸ ਨੂੰ ਜਿਹੜਾ ਹੈ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਇਹ ਉਹੀ ਸਟਰਕਚਰ ਹੈ ਜਿਹੜਾ ਇਸ ਸਮੇਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਦੇਖ ਸਕਦੇ ਤਸਵੀਰਾਂ 'ਚ ਕਿ ਕਿਵੇਂ ਅਯੋਧਿਆ ਦੇ ਵਿੱਚ ਜਿਹੜਾ ਉਹ ਰਾਮ ਮੰਦਿਰ ਹੋਵੇਗਾ। ਸੋ ਤਸਵੀਰ ਹੈ, ਪੂਰੀ ਤਸਵੀਰ ਚੰਡੀਗੜ੍ਹ ਦੇ ਵਿੱਚ ਨਜ਼ਰ ਆ ਰਹੀ ਹੈ। ਇਸ ਦੇ ਅੰਦਰ ਵੀ ਅਸੀਂ ਜਾਵਾਂਗੇ, ਫਿਲਹਾਲ ਬਾਹਰੋਂ ਦਿਖਾਉਂਦੇ ਆ ਕਿ ਕੰਧਾਂ ਨੂੰ ਉਸੇ ਤਰੀਕੇ ਨਾਲ ਬਣਾਇਆ ਗਿਆ। ਦੇਖਣ ਨੂੰ ਇੰਜੇ ਜਾਪਦਾ ਕਿ ਇਹ ਜਿਹੜਾ ਆ ਕੰਕਰੀਟ ਦਾ ਬਣਿਆ ਹੋਵੇਗਾ, ਪਰ ਇੱਕ ਫਲੈਕਸ ਨਾਲ ਬਣਾਇਆ ਗਿਆ ਹੈ, ਬਖੂਬੀ ਜਿਹੜਾ ਇਸ ਨੂੰ ਤਿਆਰ ਕੀਤਾ ਗਿਆ ਹੈ ਇਸ ਮੰਦਿਰ ਨੂੰ ਇੱਥੇ, ਤਾਂ ਕਿ ਜਿੰਨੇ ਵੀ ਭਗਤ ਨੇ ਉਹ ਦਰਸ਼ਨ ਕਰ ਸਕਣ, ਇੱਥੇ ਪਹੁੰਚ ਸਕਣ। ਉਹ ਤਸਵੀਰਾਂ ਤੁਹਾਨੂੰ ਜਿਹੜੀਆਂ ਇਸ ਸਮੇਂ ਅਸੀਂ ਜਿਹੜੀਆਂ ਦਿਖਾ ਰਹੇ ਹਾਂ ਇਸ ਮੰਦਿਰ ਦੀਆਂ। ਸੋ ਅੰਦਰ ਵੀ ਜਾਂਦੇ ਹਾਂ, ਪਹਿਲਾਂ ਬਾਹਰ ਦੀਆਂ ਤਸਵੀਰਾਂ ਹੀ ਦਿਖਾ ਰਹੇ ਹਾਂ ਕਿ ਬਾਹਰ ਤੁਸੀਂ ਦੇਖੋ ਕਿ ਉਦਾਂ ਹੀ ਜਿਹੜੇ ਥੰਬਲੇ ਨੇ ਵੱਡੇ ਵਿਸ਼ਾਲ ਨਜ਼ਰ ਆ ਰਹੇ ਨੇ, ਇੱਥੋਂ ਤੱਕ ਕਿ ਜਿਵੇਂ ਇਹਨੂੰ ਟੈਕਸਚਰ ਦਿੱਤਾ ਗਿਆ ਹੈ, ਜਿਸ ਤਰੀਕੇ ਨਾਲ ਫਲੈਕਸ ਨੂੰ ਇੱਕ ਸ਼ੇਪ ਦਿੱਤੀ ਗਈ ਆ, ਤਾਂ ਕੈਮਰੇ ਦੀ ਅੱਖ ਤੋਂ ਇੰਜੇ ਜਾਪ ਰਿਹਾ ਕਿ ਜਿਹੜਾ ਇਹ ਮੰਦਿਰ ਹੈ ਉਹ ਪ੍ਰੋਪਰ ਬਣਿਆ ਹੋਇਆ, ਇਹ ਕੋਈ ਫਲੈਕਸ ਨਹੀਂ ਲੱਗੀ ਹੋਈ, ਪਰ ਇਹ ਇਸ ਨੂੰ ਫਲੈਕਸ ਬੋਰਡ ਦੇ ਨਾਲ ਬਖੂਬੀ ਤਿਆਰ ਕੀਤਾ ਗਿਆ। ਆਰਟਿਸਟ ਨੇ ਇਸ ਉੱਤੇ ਬਹੁਤ ਸੋਹਣਾ ਕੰਮ ਕੀਤਾ। ਜੇਕਰ ਇਹਦੇ ਉੱਪਰ ਟੌਪ ਵੱਲ ਜਾਈਏ ਤਾਂ ਇੰਜ ਜਾਪਦਾ ਕਿ ਬਿਲਕੁਲ ਮੰਦਿਰ ਦਾ ਉੱਪਰਲਾ ਟੌਪ ਹੈ, ਤੇ ਉੱਥੇ ਜਿੱਥੇ ਨੇ ਝੰਡੇ ਲਹਿਰਾ ਰਹੇ ਨੇ। ਇਹ ਤਸਵੀਰ ਤੁਹਾਨੂੰ ਜਿਹੜੀ ਅਸੀਂ ਇਸ ਸਮੇਂ ਦਿਖਾ ਰਹੇ ਹਾਂ, ਸੋ ਇਹ ਤਸਵੀਰ ਦਿਖਾ ਰਹੇ ਹਾਂ ਤੁਹਾਨੂੰ। ਇਸ ਦੇ ਨਾਲ ਨਾਲ ਆਪਾਂ ਅੰਦਰ ਵੀ ਚੱਲਦੇ ਹਾਂ, ਆਓ ਅੰਦਰ ਜਾ ਕੇ ਅੰਦਰ ਵੀ ਦਰਸ਼ਨ ਕਰਦੇ ਹਾਂ ਕਿ ਅੰਦਰੋਂ ਜਿਹੜਾ ਮਾਹੌਲ ਕਿਵੇਂ ਦਾ ਬਣਿਆ ਹੋਇਆ। ਸੋ ਪੂਰੀ ਆਰਟਿਸਟ ਵੱਲੋਂ ਇਹ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਜਿਹੜਾ ਇੱਥੇ ਕੋਈ ਵੀ ਜਿਹੜਾ ਆਉਂਦਾ ਦਰਸ਼ਨ ਕਰਨ ਲਈ ਉਹਨੂੰ ਇੰਜ ਜਾਪੇ ਕਿ ਅਸੀਂ ਹੁਣ ਜਿਹੜਾ ਮੰਦਿਰ 'ਚ ਪ੍ਰਵੇਸ਼ ਕਰ ਰਹੇ ਹਾਂ। ਸੋ ਇਹ ਮੰਦਿਰ 'ਚ ਪ੍ਰਵੇਸ਼ ਕੀਤਾ ਜਾ ਰਿਹਾ, ਇੱਕ ਇੱਕ ਕਰਕੇ ਗੱਲ ਕਰ ਰਹੇ ਹਾਂ। ਮੈਮ, ਇੱਥੇ ਜਿਹੜਾ ਪੂਰਾ ਮਾਡਲ ਤਿਆਰ ਕੀਤਾ ਗਿਆ ਹੈ ਜਿਵੇਂ ਅਯੋਧਿਆ ਦੇ ਵਿੱਚ ਹੈ, ਤੇ ਹੂ ਬਹੂ ਮਤਲਬ ਤੁਸੀਂ ਤਿਆਰ ਕੀਤਾ? ਹਾਂਜੀ, ਇਟਸ ਇਹ ਬਿਲਕੁਲ ਰੈਪਲੀਕਾ ਹੈ ਅਯੋਧਿਆ ਜੀ ਮੇ ਜੋ ਮੰਦਿਰ ਬਣ ਰਿਹਾ ਹੈ, ਸੇਮ ਟੂ ਸੇਮ ਉਸਕੀ ਕਾਪੀ ਹੈ ਕਹਿ ਲੀਜੀਏ। ਹਾਂਜੀ, ਅਬ ਜੋ ਲੋਗ ਜੈਸੇ ਪ੍ਰਧਾਨ ਮੰਤਰੀ ਜੀ ਨੇ ਆਹਵਾਨ ਕੀਆ ਥਾ ਕਿ 22 ਤਾਰੀਖ ਤੱਕ ਕੋਈ ਨਾ ਆਏ ਵਹਾਂ ਪੇ ਰਸ਼ ਕੀ ਵਜ੍ਹਾ ਸੇ ਔਰ ਉਨਕੇ ਪ੍ਰੋਟੋਕਾਲਸ ਹੋਤੇ ਹੈ, ਤੋ ਹਮੇ ਲਗਾ ਕਿ ਚਲੋ ਜੋ ਲੋਕ ਵਹਾਂ ਨਹੀਂ ਜਾ ਪਾ ਰਹੇ ਹੈ ਵੋ ਯਹਾਂ ਆ ਕੇ ਆਪਣਾ ਆਪਣਾ ਜੋ ਸ਼ਰਧਾ ਹੈ ਵੋ ਯਹਾਂ ਪੇ ਪੂਰੀ ਕਰ ਸਕੇ। ਜੀ ਬਿਲਕੁਲ। ਸੋ ਤਸਵੀਰ ਇੱਕ ਵਾਰ ਅੰਦਰੋਂ ਦਿਖਾਉਣੇ ਆ ਤੇ ਦੇਖ ਸਕਦੇ ਹੋ ਕਿ ਬਿਲਕੁਲ ਹੀ ਜਿਹੜਾ ਅੰਦਰ ਲਾ ਜਿਹੜਾ ਇੱਕ ਮਾਡਲ ਤਿਆਰ ਕੀਤਾ ਗਿਆ ਉਹ ਤੁਸੀਂ ਖੁਦ ਦੇਖ ਸਕਦੇ ਹੋ। ਇੱਥੇ ਲੋਕ ਇੱਥੇ ਪਹੁੰਚ ਰਹੇ ਨੇ, ਇਹ ਮੱਥਾ ਟੇਕ ਰਹੇ ਆ, ਇੱਥੇ ਪੰਡਿਤ ਜੀ ਵੀ ਬੈਠੇ ਆ, ਤੇ ਇਹ ਅਹਿਸਾਸ ਦਿਵਾਇਆ ਜਾ ਰਿਹਾ ਹੈ, ਅਹਿਸਾਸ ਤਿਆਰ ਕੀਤਾ ਗਿਆ ਹੈ ਕਿ ਹੂਬਹੂ ਜਿਹੜਾ ਮੰਦਿਰ ਹੈ ਉਹ ਅਜਿਹੀ ਮੰਦਿਰ ਆ ਜਿਹੜਾ ਅਯੋਧਿਆ 'ਚ ਤਿਆਰ ਕੀਤਾ ਗਿਆ, ਕਿਉਂਕਿ ਉੱਥੇ ਬਹੁਤ ਸਾਰੇ ਲੋਕ ਨਹੀਂ ਜਾ ਸਕਦੇ। ਸੋ ਇਸੇ ਕਰਕੇ ਇੱਥੇ ਇਸ ਜਗ੍ਹਾ ਦੇ ਉੱਤੇ ਇਸ ਮੰਦਿਰ ਨੂੰ ਜਿਹੜਾ ਆ ਉਹ ਤਿਆਰ ਕੀਤਾ ਗਿਆ ਹੈ। ਤਸਵੀਰਾਂ ਤੁਹਾਨੂੰ ਅਸੀਂ ਅੰਦਰਲੀਆਂ ਵੀ ਦਿਖਾ ਰਹੇ ਹਾਂ, ਦੇਖ ਸਕਦੇ ਹੋ ਕਿ ਅੰਦਰੋਂ ਵੀ ਜਿਹੜਾ ਆ ਬਖੂਬੀ ਉਸਨੂੰ ਟੈਕਸਚਰ ਦਿੱਤਾ ਗਿਆ, ਇੰਜ ਜਾਪ ਰਿਹਾ ਕਿ ਬਹੁਤ ਕੰਕਰੀਟ ਦਾ ਤੇ ਬੜਾ ਭਾਰਾ ਜਿਹੜਾ ਆ ਕੰਕਰੀਟ ਦਾ ਬਣਿਆ ਹੋਇਆ, ਪਰ ਇੱਦਾਂ ਨਹੀਂ ਹੈਗਾ, ਇਹ ਕੇਵਲ ਡਿਜ਼ਾਈਨ ਇੱਦਾਂ ਦਾ ਕੀਤਾ ਗਿਆ, ਪਰਮਾ ਡਿਜ਼ਾਈਨ ਕਿ ਆਉਣ ਵਾਲਾ ਉੱਥੇ ਦਾ ਹੀ ਅਹਿਸਾਸ ਜਿਹੜਾ ਉਹ ਮਹਿਸੂਸ ਕਰ ਸਕੇ। ਸੋ ਤਸਵੀਰਾਂ ਨੇ ਆਪਣੇ ਆਪ ਦੀਆਂ ਤਸਵੀਰਾਂ ਜਿਹੜੀਆਂ ਕਿ ਪੂਰੀ ਇੱਕ ਵੱਖਰੀ ਪਹਿਚਾਣ, ਇੱਕ ਵੱਖਰੀ ਤਸਵੀਰ ਜਿਹੜੀ ਉਹ ਪੇਸ਼ ਕੀਤੀ ਜਾ ਰਹੀ ਹੈ। ਪਰ ਨਜ਼ਦੀਕ ਤੋਂ ਦਿਖਾਉਂਦੇ ਹਾਂ ਤੁਹਾਨੂੰ ਸਾਰਾ ਹੀ, ਦੇਖੋ ਪੰਡਿਤ ਜੀ ਇੱਥੇ ਮੌਜੂਦ ਨੇ।
ਸੋ ਪੰਡਿਤ ਜੀ ਮੌਜੂਦ ਨੇ, ਇਸ ਦੇ ਨਾਲ ਨਾਲ ਜਿਹੜਾ ਆ ਹਰ ਇੱਕ ਬਰੀਕੀ ਤੇ ਇੱਥੇ ਧਿਆਨ ਦਿੱਤਾ ਗਿਆ। ਸੋ ਤਸਵੀਰਾਂ ਇਸ ਸਮੇਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਤਸਵੀਰਾਂ ਤੁਸੀਂ ਦੇਖ ਰਹੇ ਹੋ ਕੀ ਜਿਹੜੀਆਂ ਤਸਵੀਰਾਂ ਨੇ ਇੱਥੇ ਚੰਡੀਗੜ੍ਹ ਦੇ ਵਿੱਚ, ਉਹ ਅਯੋਧਿਆ ਦਾ ਲੋਕ ਨਜ਼ਾਰਾ ਹੈ ਜਿਹੜਾ ਅਯੋਧਿਆ ਦਾ ਲੋਕ। ਸੋ ਇੱਥੋਂ ਜਿਹੜਾ ਆ ਅੱਜ ਤਸਵੀਰਾਂ ਦੇ ਵਿੱਚ ਤਮਾਮ ਚੰਡੀਗੜ੍ਹ ਦੇ ਜਿਹੜੇ ਮੈਨੇਜਮੈਂਟ ਵੀ ਨਜ਼ਰ ਆ ਰਹੀ ਹੈ। ਦੇਖੋ ਇੱਕ ਬਰੀਕੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ, ਸੇਮ ਜਿਹੜਾ ਆ ਉਸਨੂੰ ਉਹੀ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ ਆ, ਉਹੀ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਜੋ ਇੱਥੇ ਜਿਹੜਾ ਵੀ ਪਹੁੰਚ ਰਿਹਾ ਉਹ ਦਰਸ਼ਨ ਕਰ ਸਕੇ, ਉਹ ਦੇਖ ਸਕੇ ਕਿ ਕੀ ਤਸਵੀਰਾਂ ਨੇ। ਸੋ ਜੇਕਰ ਤੁਸੀਂ ਅਯੋਧਿਆ ਨਹੀਂ ਜਾ ਸਕਦੇ ਤਾਂ ਚੰਡੀਗੜ੍ਹ ਦੇ 34 ਸੈਕਟਰ ਚ ਆ ਕੇ ਇੱਥੇ ਦਰਸ਼ਨ ਕਰ ਸਕਦੇ ਹੋ, ਇਸ ਤਸਵੀਰ ਨੂੰ ਦੇਖ ਸਕਦੇ ਹੋ, ਦਿਲ ਖਿੱਚਵੀ ਤਸਵੀਰ ਆ ਜਿਹੜੀ, ਇਸ ਮੰਦਿਰ ਦੇ ਦਰਸ਼ਨ ਕਰਕੇ ਉਹ ਅਹਿਸਾਸ ਹਾਸਲ ਕਰ ਸਕਦੇ ਹੋ ਕਿ ਅਯੋਧਿਆ ਦੇ ਵਿੱਚ ਜਿਹੜਾ ਮੰਦਿਰ ਤਿਆਰ ਕੀਤਾ ਗਿਆ। ਸੋ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇਸ ਸਮੇਂ ਚੰਡੀਗੜ੍ਹ ਦੀ, ਸਿੱਧੀਆਂ ਤਸਵੀਰਾਂ ਨੇ ਅਸੀਂ ਤਸਵੀਰਾਂ ਜਿਹੜੀਆਂ ਤੁਸੀਂ ਇਸ ਸਮੇਂ ਇਹ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਚੰਡੀਗੜ੍ਹ ਦਾ ਇਹ ਉਹ ਮੰਦਿਰ ਜਿਹੜਾ ਅਯੋਧਿਆ ਦੀ ਤਿਆਰ ਤੇ ਤਰਜ ਤੇ ਤਿਆਰ ਕੀਤਾ ਗਿਆ, ਕੇਵਲ ਇਹ ਇੱਕ ਉਹਦਾ ਮਾਡਲ ਤਿਆਰ ਕੀਤਾ ਗਿਆ, ਇਹ ਮਾਡਲ ਹੈ ਮੰਦਿਰ ਦਾ। ਇਹ ਮਾਡਲ ਤੋਂ ਇੱਕ ਵਾਰ ਬਾਹਰੋਂ ਵੀ ਦਿਖਾਉਂਦੇ ਆ ਪਰ ਅੰਦਰਲੀਆਂ ਤਸਵੀਰਾਂ ਦਾ ਤੁਹਾਨੂੰ ਦਿਖਾਈ ਰਹੇ ਕਿ ਅੰਦਰੋਂ ਕਿਸ ਤਰੀਕੇ ਦੀ ਤਸਵੀਰ ਹੈ, ਤੇ ਹੁਣ ਜੇ ਬਾਹਰ ਦੀ ਤਸਵੀਰ ਦੀ ਗੱਲ ਕੀਤੀ ਜਾਵੇ ਦੇਖੋ ਬਹੁਤ ਸੋਹਣਾ ਇਹਨੂੰ ਝੂਮਰ ਲਾ ਕੇ ਇਹਦੇ ਗੇਟ ਦੀ ਐਂਟਰੀ ਤੋਂ ਬਾਅਦ ਇਹਦੀ ਬਾਹਰ ਦੀ ਤਸਵੀਰ ਜਿਹੜੀ ਪੇਸ਼ ਕੀਤੀ ਗਈ ਹੈ, ਪੂਰਾ ਵਿਸ਼ਾਲ ਮੰਦਿਰ ਨਜ਼ਰ ਆ ਰਿਹਾ, ਇੰਜ ਜਾਪ ਰਿਹਾ ਕਿ ਅਸੀਂ ਜਿਹੜਾ ਉਹ ਮੰਦਿਰ ਦੇ ਦਰਸ਼ਨ ਕਰਨ ਲਈ ਇੱਥੇ ਪਹੁੰਚੇ ਹਾਂ। ਜਿਵੇਂ ਅਯੋਧਿਆ ਦਾ ਮੰਦਿਰ ਹੈ, ਅਯੋਧਿਆ ਦੇ ਵਿੱਚ ਸ਼੍ਰੀ ਰਾਮ ਲੱਲਾ ਦਾ ਜਿਹੜਾ ਮੰਦਿਰ ਤਿਆਰ ਕੀਤਾ ਗਿਆ ਉਹੀ ਮੰਦਿਰ ਦੀ ਤਸਵੀਰ ਹੈ ਜਿਹੜੀ ਅਸੀਂ ਤੁਹਾਨੂੰ ਇੱਥੇ ਚੰਡੀਗੜ੍ਹ ਦੇ ਸੈਕਟਰ ਵਿੱਚ ਦਿਖਾ ਰਹੇ ਹਾਂ। ਸੋ ਇੱਕ ਵਿਸ਼ਾਲ ਤੇ ਇੱਕ ਭਵਯ ਤਸਵੀਰ ਇੰਜ ਜਾਪਦਾ ਕਿ ਜਿਹੜਾ ਇਹ ਮੰਦਿਰ ਹੈ ਓਰਿਜਨਲ ਮੰਦਿਰ ਹੈ, ਉਹ ਅਸਲੀ ਮੰਦਿਰ ਹੈ। ਸੋ ਤਸਵੀਰਾਂ ਤੁਸੀਂ ਚੰਡੀਗੜ੍ਹ ਦੀਆਂ ਦੇਖ ਰਹੇ ਹੋ, ਇਸ ਮੰਦਿਰ ਤੇ ਦੇਖ ਰਹੇ ਹੋ ਇੰਜ ਜਾਪਦਾ ਜਿਵੇਂ ਅਯੋਧਿਆ ਦੇ ਵਿੱਚ ਤੁਸੀਂ ਦਰਸ਼ਨ ਕਰ ਰਹੇ ਹੋਗੇ। ਬਹੁਤ ਸਾਰੇ ਜਿਹੜੇ ਲੋਕ ਨੇ ਅਯੋਧਿਆ 'ਚ ਨਹੀਂ ਪਹੁੰਚ ਸਕਦੇ, ਸੋ ਇੱਥੇ ਆ ਕੇ ਦਰਸ਼ਨ ਕਰ ਰਹੇ ਨੇ, ਇੱਥੇ ਆ ਕੇ ਉਹ ਤਸਵੀਰ ਦੇਖ ਰਹੇ ਨੇ, ਇੱਥੇ ਆ ਕੇ ਉਸ ਮਾਡਲ ਦੇਖ ਰਹੇ ਹਾਂ ਜਿਹੜਾ ਅਯੋਧਿਆ ਦੇ ਵਿੱਚ ਮੰਦਿਰ ਤਿਆਰ ਕੀਤਾ ਗਿਆ। ਹਾਲਾਂਕਿ ਹੌਲੀ ਹੌਲੀ ਹਰ ਕੋਈ ਜਿਹੜਾ ਉੱਥੇ ਪਹੁੰਚੇਗਾ, ਪਰ ਫਿਲਹਾਲ ਜਦ ਹਜੇ ਉਦਘਾਟਨ ਕੀਤਾ ਜਾਣਾ ਤਦ ਜਿਹੜੇ ਇੱਥੇ ਬਹੁਤ ਸਾਰੇ ਲੋਕ ਜਿਹੜੇ ਬਹੁਤ ਸਾਰੇ ਸ਼ਰਧਾਲੂ ਆ ਨਹੀਂ ਪਹੁੰਚ ਸਕਦੇ,
ਕਿਉਂਕਿ ਪ੍ਰਧਾਨ ਮੰਤਰੀ ਉਹਨਾਂ ਨੇ ਵੀ ਅਪੀਲ ਕੀਤੀ ਆ ਪੂਰੇ ਦੇਸ਼ ਵਾਸੀਆਂ ਨੂੰ, ਇਸ ਕਰਕੇ ਕੇਵਲ ਸਿਲੈਕਟਡ ਲੋਕ ਉੱਥੇ ਪਹੁੰਚ ਰਹੇ ਆ, ਪਰ ਬਹੁਤ ਸਾਰੇ ਚੰਡੀਗੜ੍ਹ ਵਾਸੀ ਜਾਂ ਆਲੇ ਦੁਆਲੇ ਦੇ ਲੋਕ ਨੇ ਜਿਹੜੇ ਇੱਥੇ ਪਹੁੰਚ ਰਹੇ ਨੇ, ਇਸੇ ਮਾਡਲ ਨੂੰ ਦੇਖ ਰਹੇ ਨੇ, ਬਿਲਕੁਲ ਹੂ ਬਹੂ ਉੱਦਾਂ ਦੀ ਇੱਕ ਪ੍ਰਤਿਮਾ ਤਿਆਰ ਕੀਤੀ ਗਈ ਆ, ਉੱਦਾਂ ਦਾ ਇੱਕ ਮਾਡਲ ਤਿਆਰ ਕੀਤਾ ਗਿਆ ਤਾਂ ਕਿ ਅਹਿਸਾਸ ਕੀਤਾ ਜਾ ਸਕੇ ਕਿ ਅਯੋਧਿਆ ਦੇ ਵਿੱਚ ਜਿਹੜਾ ਮੰਦਿਰ ਆ ਉਹ ਕਿਵੇਂ ਦਾ ਹੋਵੇਗਾ। ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ, ਜੁੜੇ ਰਹੋ PTC ਨਿਊਜ਼ ਦੇ ਨਾਲ।